ਅੱਜ ਵਿਸਾਖੀ ਦੇ ਸ਼ੁਭ ਮੌਕੇ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਾਜ਼ਿਲਕਾ ਵੱਲੋਂ ਇਹ ਰਕਤਦਾਨ ਕੈਂਪ ਲਾਇਆ ਗਿਆ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਔਰ ਇਸ ਤਿਉਹਾਰ ਨੂੰ ਇਸ ਤੋਂ ਵਧੀਆ ਤਰੀਕੇ ਨਾਲ ਮਨਾਉਣ ਦਾ ਆਈ ਥਿੰਕ ਔਰ ਕੋਈ ਆਈਡੀਆ ਨਹੀਂ ਹੋ ਸਕਦਾ ਸੀ। ਬਹੁਤ ਵਧੀਆ ਲੋਕਾਂ ਐਂਡ ਸੁਸਾਇਟੀ ਵਾਸਤੇ ਪ੍ਰਯਾਸ ਇਹ ਗੁਰਦੁਆਰਾ ਸਿੰਘ ਸਭਾ ਵੱਲੋਂ ਕੀਤਾ ਗਿਆ ਔਰ ਮੈਂ ਇਸ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਜਨਮ ਦਿਹਾੜੇ ਤੇ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਫਾਜ਼ਿਲਕਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਮੂਹ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਵਿਸਾਖੀ ਵਾਲੇ ਦਿਨ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਸੰਗਤਾਂ ਵੱਧ ਚੜ੍ਹ ਕੇ ਉਤਸ਼ਾਹ ਹਿੱਸਾ ਲੈਂਦੀਆਂ ਹਨ ਅਤੇ ਇਹ ਖੂਨਦਾਨ ਕੈਂਪ ਦੇ ਵਿੱਚ ਜੋ ਖੂਨ ਇਕੱਠਾ ਹੁੰਦਾ ਹੈ ਸਰਕਾਰੀ ਸਿਵਲ ਹਸਪਿਟਲ ਵਾਲੀ ਟੀਮ ਆ ਕੇ ਇਕੱਤਰ ਕਰਦੀ ਹੈ ਜੋ ਲੋੜਵੰਦਾਂ ਨੂੰ ਸਮੇਂ ਸਮੇਂ ਸਿਰ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਜਦੋਂ ਵੀ ਕੋਈ ਬਲੱਡ ਡੋਨੇਟ ਕੈਂਪ ਵਾਲੇ ਹਸਪਿਟਲ ਵਾਲੇ ਕਹਿਣ ਗੁਰਦੁਆਰਾ ਸਾਹਿਬ ਵੱਲੋਂ ਉਦੋਂ ਵੀ ਨੌਜਵਾਨਾਂ ਨੂੰ ਉਤਸ਼ਾਹ ਕਰਕੇ ਖੂਨਦਾਨ ਲਈ ਭੇਜਿਆ ਜਾਂਦਾ ਹੈ।